ਇੰਦਰ ਦੇ ਡੈਡੀ ਇੱਧਰ ਆਇਓ ਗੱਲ ਸੁਣਿਓ ਮੇਰੀ ਆ ਗਿਆ ਕੀ ਗੱਲ ਹੈ ਮੈਂ ਤਾਂ ਜਿਵੇਂ ਕੋਈ ਗੱਲ ਕਰਨੀ ਨਹੀਂ ਹਾਂ ਮੈਂ ਤਾਂ ਕਿਹਾ ਤੁਸੀਂ ਆਪੇ ਦੱਸ ਜਾਓਗੇ ਕੀ ਦੱਸਣਾ ਦੱਸਿਆ ਹੀ ਨਹੀਂ ਤੇ ਜਿਹੜੀ ਉੱਥੇ ਪਿੰਡ ਪੈਲੀ ਵਿੱਚ ਹੀ ਉਹਦਾ ਵੀ ਬਣਿਆ ਦੱਸਿਆ ਹੀ ਨਹੀਂ ਕੀ ਹਿਸਾਬ ਕਿਤਾਬ ਉਹ ਤਾਂ ਬੜਾ ਵਧੀਆ ਸੂਤਰ ਆ ਗਿਆ ਕੰਮ ਹਾਂ ਉਹੀ ਤਾਂ ਸਮਝ ਲਿਆ ਵੀ 2 ਕਿੱਲੇ ਆ ਆ ਪੈਲੀ ਆ ਕਿਸੇ ਕੋ ਵੱਧ ਨਿਕਲੀ 2 ਕਨਾਲਾ ਲੈ ਵਧੀਆ ਹੋ ਗਿਆ ਹਾਂ ਉਹ ਤੇ ਪੈਸੇ ਬੜੇ ਵਧੀਆ ਵਟੇ ਗਏ ਜੀ ਅੱਛਾ ਇੱਧਰ ਦਾ ਸਾਰਾ ਕੰਮ ਹੁਣ ਆ ਜਾਣਾ ਰੋ ਉਹਦਾ ਮੈਂ ਸੋਚਿਆ ਨਹੀਂ ਹੈ ਕੱਲੀ ਕਿ ਜੇ ਹਾਂ ਨੇ ਨਾ ਆਪਣੀਆਂ ਨੇ ਧੱਕਾ ਦਿੱਤਾ ਸੀ ਜਾਂ ਰੱਬ ਨੇ ਸਾਡੀ ਬਾਹ ਫਾੜ ਹੀ ਲਈ ਉਹ ਉੱਤੇ ਬੈਠਾ ਨਾ ਰੱਬ ਉਹਨੇ ਸਾਰਿਆਂ ਨੂੰ ਰੋਟੀ ਦੇਣੀ ਹੈ ਸਾਨੂੰ ਤੇ ਆਪਣਾ ਆਪਣਾ ਫਿਕਰ ਆ ਉਹਨੂੰ ਸਾਰਿਆਂ ਦੀ ਪਰ ਉਹਦਾ ਮੈਨੂੰ ਨਹੀਂ ਆਪਣੀਆਂ ਭੈਣਾਂ ਦੀ ਯਕੀਨ ਕਿ ਮੈਂ ਨਾ ਇਦਾਂ ਵੱਡਾ ਧੋਖਾ ਕਰਨੀ ਉਹ ਮੇਰੀ ਗੱਲ ਸੁਣ ਮੈਂ ਤੈਨੂੰ ਕਿੰਨੀ ਵਾਰੀ ਤੇ ਕਿਹਾ ਵਾ ਆ ਸਾਰੇ ਭੈਣ ਭਰਾ ਜਿਹੜੇ ਨਾ ਇਹ ਵਿਆਹ ਤੋਂ ਪਹਿਲਾਂ ਹੁੰਦੇ ਆ ਜਦੋਂ ਸਾਰੇ ਕੁਵਾਰੇ ਹੁੰਦੇ ਆ ਤੇ ਮਾਂ ਪਿਓ ਦੇ ਘਰ ਰਹਿੰਦੇ ਆ ਜਦੋਂ ਮੁੜ ਕੇ ਆਪੋ ਆਪਣੇ ਘਰਾਂ ਵਾਲੇ ਹੋ ਜਾਂਦੇ ਆਪੋ ਆਪਣੇ ਬੱਚਿਆਂ ਵਾਲੇ ਹੋ ਜਾਂਦੇ ਆ ਕੋਈ ਨਹੀਂ ਕਿਸੇ ਦੀ ਮੰਨਦਾ ਨਾ ਕੋਈ ਕਿਸੇ ਨੂੰ ਪੁੱਛਦਾ ਵਾ ਤੇ ਪਹਿਲਾਂ ਹੀ ਨਾ ਇਹੋ ਜਿਹੇ ਕੰਮ ਕਰਦੀਆਂ ਇੱਡੀਆਂ ਇੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਨੇ ਚੁੱਕੀ ਦੀਆਂ ਜੇ ਨਿਭਾਉਣੀਆਂ ਨਾ ਹੋਣ ਤੇ ਉਹ ਫਿਰ ਇਦਾਂ ਹੀ ਆ ਨਾ ਜਦੋਂ ਟਾਈਮ ਲੰਘ ਜੇ ਤੈਨੂੰ ਪਤਾ ਹੀ ਆ ਕੋਈ ਮੁੜ ਕੇ ਪੁੱਛਦਾ ਠੀਕ ਆ ਕਿ ਨਹੀਂ ਐਵੇਂ ਨਾ ਝੁਰਿਆ ਕਰ ਮਹਾਰਾਜ ਨੇ ਸਾਰਾ ਕੁਝ ਦਿੱਤਾ ਵਾ ਸਾਡੇ ਕੋਲ ਕਿਹੜੀ ਗੱਲ ਦੀ ਘਾਟ ਵਾ ਪਰ ਉਦਾਂ ਜੇ ਇਹਨਾਂ ਨੇ ਇਹ ਕੰਮ ਕੀਤਾ ਤਾਂ ਆਪਾਂ ਮਿਲਣਾ ਨਹੀਂ ਜੀ ਇਹਨਾਂ ਨੂੰ ਹੈਗਾ ਬਾਅਦ ਚ ਓਹੋ ਛੱਡਣੇ ਕਈ ਕੰਮ ਉਹ ਹੁੰਦੇ ਆ ਕਿ ਨਾ ਚਾਹੁੰਦੇ ਹੋਇਆ ਵੀ ਕਰਨੇ ਪੈਂਦੇ ਜ਼ਿੰਦਗੀ 'ਚ ਠੀਕ ਆ ਨਾ ਜਿੱਦਾਂ ਦਾ ਸਮਾਂ ਆਊਗਾ ਉਹਦੇ ਹਿਸਾਬ ਨਾਲ ਵੇਖਾਂਗੇ ਨਹੀਂ ਤੁਸੀਂ ਅਜੇ ਵੀ ਆਉਂਦੇ ਜੇ ਫਿਰ ਮਿਲਣਾ ਚਾਹੁੰਦੇ ਜੇ ਮਿੱਟੀ ਪਾਓ ਇਹਨਾਂ ਦੀ ਮਿਲੋ ਜੇ ਨਾ ਮਿਲੋ ਪਰ ਮੈਂ ਆਪਣੇ ਅੰਦਰ ਕਦੀ ਨਫ਼ਰਤ ਨਹੀਂ ਰੱਖਦਾ ਕਿਸੇ ਵਾਸਤੇ ਚੱਲ ਠੀਕ ਆ ਸਾਰੇ ਟਾਈਮਾਂ ਦੇ ਮੁੜ ਕੇ ਜਾਈ ਜਾਇਓ ਅਗਲੀਆਂ ਨੇ ਇੱਥੇ ਪੈਲੀ ਵੇਚਣੀਆਂ ਨੇ ਸਾਡਾ ਛੱਡਿਆ ਕੱਖ ਨਹੀਂ ਪਿੰਡ ਦੇ ਨਿਕਲਣ ਜੋਗਾ ਨਹੀਂ ਰਹਿਣ ਤਾਂ ਮੁੜ ਕੇ ਉਹਨਾਂ ਦੇ ਟਾਈਮਾਂ ਦੇ ਪਹੁੰਚ ਜਾ ਕਰਿਓ ਨੋਟ ਲਾਉਣ ਵਾਸਤੇ ਮੇਰੀ ਗੱਲ ਸੁਣ ਤੂੰ ਐਵੇਂ ਨਾ ਜ਼ਿਆਦਾ ਚੱਕਰਾਂ 'ਚ ਨਾ ਪਿਆ ਠੀਕ ਆ ਕਿ ਨਹੀਂ ਮੇਰਾ ਮਤਲਬ ਦੱਸਾਂ ਕੀ ਆ ਦੁਨੀਆ ਸ਼ੋਅ ਕਰਦੀ ਵੀ ਅਸੀਂ ਚੰਗੇ ਬੜੇ ਹਾਂ ਦੁਨੀਆ ਦੇ ਸਾਹਮਣੇ ਪਰ ਇਹ ਆ ਵੀ ਜਿੱਥੇ ਜਾ ਕੇ ਗੱਲਬਾਤ ਹੋਣੀ ਨਾ ਸਾਰੀ ਅਖੀਰੀ ਉੱਥੋਂ ਬਾਰੇ ਕੋਈ ਸੋਚਦਾ ਨਹੀਂ ਤੁਸੀਂ ਬਸ ਦੁਨੀਆ ਵਾਸਤੇ ਸੋਚੀ ਜਾਓ ਜਦੋਂ ਸਾਡੇ ਆਪਣੇ ਨਹੀਂ ਸਕੇ ਤਾਂ ਦੁਨੀਆ ਨੂੰ ਕੀ ਪਤਾ ਉਹ ਮੈਂ ਨਾ ਬੰਦਾ ਰੱਬੋਂ ਸੱਚਾ ਹੋਣਾ ਚਾਹੀਦਾ ਯਾਰ ਅਸੀਂ ਕਿਸੇ ਕੋਲ ਸੱਚਾ ਹੋ ਕੇ ਲੈਣਾ ਕੀ ਆ ਅੱਜ ਕੱਲ੍ਹ ਇੱਦਾਂ ਦਾ ਜ਼ਮਾਨਾ ਵਾ ਰੱਬੋਂ ਸੱਚੇ ਕੋਈ ਨਹੀਂ ਜਿਹੜੀ ਆ ਦੁਨੀਆ ਦੇ ਸਾਹਮਣੇ ਹੁੰਦੇ ਹੀ ਸੱਚੇ ਸਾਰੇ ਯਾਰ ਗੱਲ ਤੂੰ ਮੈਨੂੰ ਪੈ ਲੈਂਦੀ ਪੁੱਛਣ ਨਹੀਂ ਆ ਤਾਂ ਤੁਰ ਤੂੰ ਕਿਹੜੇ ਬੰਦੇ ਨੂੰ ਪਈ ਆ ਚੱਲ ਚੰਗਾ ਬਾਬਾ ਜੇ ਦੱਸ ਹੁਣ ਵੀ ਚੰਗੀ ਤਰ੍ਹਾਂ ਦੱਸ ਦੇ ਚੰਗੀ ਤਰ੍ਹਾਂ ਦੱਸ ਦਿੱਤਾ ਤੈਨੂੰ ਵੀ ਸਗੋਂ ਸਾਡਾ ਥਾਂ ਉੱਥੇ ਵੱਧ ਹੀ ਅਸੀਂ ਸਮਝਦੇ ਹਾਂ ਵੀ ਸਾਡਾ ਘੱਟ ਵਾ ਤੇ ਸਾਡੇ ਸਗੋਂ ਪੈਸੇ ਚੰਗੇ ਵੱਟੇ ਗਏ ਆ ਉਹ ਪੈਸੇ ਵੱਟ ਕੇ ਸਾਡੇ ਕਦੇ ਬੜੇ ਵਧੀਆ ਟਿਕਾਣੇ ਲੱਗ ਜਾਣੇ ਆ ਮੈਂ ਨਾ ਵੀ ਰੌਲਾ ਨਾ ਪਾ ਜੇ ਕਿਸੇ ਨੂੰ ਪਤਾ ਨਾ ਲੱਗੇ ਸਾਡਾ ਅੰਦਰ ਦੇ ਅੰਦਰ ਕੰਮ ਹੋ ਜੇ ਸਾਰਾ ਤੇ ਮੈਂ ਭਲਾ ਕਿਸੇ ਨੂੰ ਦੱਸਣ ਦੀ ਮੈਂ ਕਦੀ ਵੀ ਨਹੀਂ ਦੱਸਦੀ ਆ ਜਿਹੜੀਆਂ ਗੱਲਾਂ ਨਾ ਉਹਨੂੰ ਵੀ ਨਾ ਪਤਾ ਲੱਗੇ ਚੰਗਾ ਨਹੀਂ ਦੱਸਦੀ ਕੋਈ ਹਾਂ ਪਤਾ ਉਦੋਂ ਲੱਗਣਾ ਚਾਹੀਦਾ ਜਦੋਂ ਕੋਈ ਬੰਦਾ ਕੰਮ ਕਰਕੇ ਵਿਖਾ ਲੇ ਵੀ ਆਹ ਕਰਕੇ ਦਿੱਤਾ ਹੀ ਉਹ ਠੀਕ ਆ ਕਿ ਨਹੀਂ ਚਲੋ ਠੀਕ ਆ ਫਿਰ ਹਾਂ ਫਿਰ ਅਗਲੇ ਨੂੰ ਪਤਾ ਲੱਗਦਾ ਵਾ ਅਸੀਂ ਤਾਂ ਸਾਰੀ ਉਮਰ ਖਿਲਾਫੀ ਕਰਦੇ ਰਹੇ ਹਾਂ ਉਹ ਹੀ ਅਗਲੇ ਉੱਗ ਕੇ ਦੱਸਿਆ ਹੀ ਉਹ ਇੱਦਾਂ ਫਿਰ ਉੱਗ ਕੇ ਦੱਸੀਏ ਤਾਂ ਫੇਰ ਗੱਲ ਬਣਦੀ ਹੈ ਚਲੋ ਠੀਕ ਆ ਜੋ ਵੀ ਕਰਨ ਡਏ ਜੇ ਵਧੀਆ ਕਰਨ ਡਏ ਜੇ ਮੈਨੂੰ ਕੀ ਲੱਗੇ ਜਿਹੜੇ ਕੰਮ ਕਰਨ ਡਏ ਆਪਣੀਆਂ ਜ਼ਿੰਮੇਵਾਰੀਆਂ ਚੁੱਕੀਆਂ ਆਪਾਂ ਨੂੰ 2 ਟਿੱਕੀਆਂ ਲਾਈ ਜਾਣੀਆਂ ਦਿਖਾਈ ਜਾਣੀਆਂ ਇੱਦਾਂ ਕਰਨਾ ਉੱਥੇ ਨਹੀਂ ਜਾਂਦਾ ਜਦੋਂ ਇੱਥੇ ਬੁਲਾਉਂਦਾ ਫੋਨ ਲਾਉਂਦਾ ਅਜਮੇਰ ਹੈਲੋ ਹਾਂ ਜਮੇਰ ਸਿੰਘ ਕੀ ਹਾਲ ਆ ਠੀਕ ਠਾਕ ਆਈ ਗਿਆ ਸੀ ਇੱਥੇ ਆ ਜਾ ਘਰੇ ਹੀ ਚੱਲ ਠੀਕ ਆ ਗੱਲ ਤਾਂ ਤੇਰੀ ਠੀਕ ਆ ਚੱਲ ਆਉਂਦਾ ਮੈਂ ਪਿੰਦਰ ਨੂੰ ਨਾਲ ਲੈ ਕੇ ਹੈਂ ਹਾਂ ਆ ਗਿਆ ਮੈਂ ਤਾਂ ਇੱਥੇ ਖਲੋ ਠੀਕ ਆ ਠੀਕ ਲੱਗਦਾ ਵੀ ਕੰਮ ਆ ਗਿਆ ਰੋਹ ਪਿੰਦਰ ਹਾਂਜੀ ਡੈਡੀ ਕੀ ਡਿਆ ਕਰਨ ਕੁਝ ਨਹੀਂ ਮੇਰੀ ਗੱਲ ਸੁਣ ਮੋਟਰਸਾਈਕਲ ਫੜ ਜਰਾ ਅਜਮੇਰ ਦਾ ਫੋਨ ਆਇਆ ਸੁਣ ਕੇ ਇਹ ਕੀ ਕਹਿੰਦਾ ਵਾ ਅੱਛਾ ਹਾਂ ਕੋਈ ਕੰਮ ਆ ਉਹਨੂੰ ਚਲੋ ਚੱਲ ਜੇ ਨਾ ਕੋਈ ਨਹੀਂ ਮੈਂ ਤਾਂ ਕਿਹਾ ਸੀ ਘਰ ਆ ਜਾ ਦੱਸਿਆ ਨਹੀਂ ਉਹਦਾ ਨੇ ਨਹੀਂ ਉਹ ਆਂਦਾ ਜੇ ਮੈਂ ਘਰ ਆਇਆ ਤਾਂ ਕਈਆਂ ਨੂੰ ਪਤਾ ਲੱਗਣਾ ਵਾ ਵੀ ਕੀ ਗੱਲ ਵਾ ਕਿਉਂ ਗਿਆ ਵਾ ਹਾਂਜੀ ਹਾਂਜੀ ਆਂਦਾ ਤੁਸੀਂ ਬਾਹਰ ਹੀ ਮਿਲੋ ਮੈਨੂੰ ਚਲੋ ਆਪਾਂ ਬਾਹਰ ਮਿਲੋ ਹਾਂ ਮੋਟਰਸਾਈਕਲ ਲੈ ਪਰਾ ਕਰਕੇ ਹੀ ਆ ਜਾ ਚਲੋ ਆ ਜਾ ਕਦੋਂ ਤਾਂ ਫੋਨ ਲਾਇਆ ਜੀ 15 ਮਿੰਟ ਹੋ ਗਏ ਅਜੇ ਤੱਕ ਨਹੀਂ ਆਇਆ ਇੰਨਾ ਟਾਈਮ ਤਾਂ ਲੱਗ ਜਾਣੀ ਬੱਲੇ ਬੱਲੇ ਹੋਰ ਮੇਸੇ ਕਿੱਦਾਂ ਠੀਕ ਠਾਕ
जिनी मर्जी माड़ी रहे जे माड़ी ना होंगी फिर आ काम होंगे क्यों तेनू तो पता ही साढ़े ना किया तो उन्हें धोखा ही है पर चलो कोई नहीं रब तो वेंदा ना उत्ते ठीक है कि नहीं ते कोई गल नहीं तू उन्हां नाल कर गल सारा कुछ करके होया वा नहीं तो डैडी हाडे दुआ मौका लंघ जाना मौका कहदा वा पैसे बंदे दे भावे कोल होण जदों कोई बंदा कहे मैं फलाने बंदे नूं चीज ही नहीं देनी ते गल कित्थों बननी चलो ये तो इन्हां दे आ भी तेरा जिहड़ा नाना ही पुत उहदी ना इहदे वड्डिआं नाल बड़ी बनी रही आ पिंड च कई काम एक दूजे दे करदे रहे आ हैं ते अहीं आउंदे रहे आ उहदी सेवा सुवा करन नाने तेरे दी ते जदों कदे इत्थे आउणा ते इन्हां दे वड्डिआं ने वी आउणा जाणा ते उदों दा चलो प्रेम प्यार हैगा ही इन्हां नाल ते तां करके फिर मैं तेरा गल कीती सी उदां अपने नाल सिद्धी नहीं हो सकदी रजिस्ट्री जे अहीं सिद्धी कराउण गए तो कोई पता नहीं हुंदा अगले उत्थे कहण अहीं हरजाना हरजूना भर दिंदे आ कोई पंगा पा दण कम विच दा विच ही रह जाए ओदां ते जिद्दां हुण इहने बयाना कीता वा ना ओहदे उत्ते हो जांदा वा अगले बन्ने फिर पर मैं ना इह लफड़े च ना पईए इह कहड़े बगाने आ नहीं नहीं ओह ते सानूं इहनां ते यकीन आ मैं पता कहना मैं वी मुड़ के फिर ना खर्चा लाउणा वे खर्चा पुत्त जे लाउणा ही पऊगा ते समझ छड़ांगे वी सानूं किला जिहड़ा 27 लख च आ ओह तूं 2-3 लख महंगा पै गिया वा जमीन महंगी नहीं हुंदी नाले मिलनी चाहीदी आ इह कदी घाटे बंदा सौदा नहीं हुंदा हुण इह आ वी हुण वाधा घाटा नहीं वेखणा हुण अहीं इक वारी बस अपने मसला हल करना वा पिंदर साहिब तूं फिकर ना कर ताडी पैली ताडे कोई जदों मर्जी जी करे मेरे को लिखा लईओ चलो ठीक है मैं अगली कारवाई पा के ते फिर तुहानूं मैं दस्सांगा चलो फिर ठीक है चल ठीक आ कर तूं तगड़ा हो गया मैं वी फिकर ना कर सानूं कोई तेरे तों बेइज्जती नहीं थोड़ा वा मैं कोई अपने घर वाली गल वा चलो ठीक है फिर ਉਦਾਂ ਮੈਂ ਫਿਕਰ ਕਰਨ ਦੀ ਨਹੀਂ ਹੋਣਾ ਲੋੜ ਓਹੋ ਯਾਰ ਤੂੰ ਕਿੱਦਾਂ ਦੀਆਂ ਗੱਲਾਂ ਕਰਨ ਡਿਆ ਸਾਰੇ ਕੰਮ ਨਾ ਵਿਸ਼ਵਾਸ ਤੇ ਹੁੰਦੇ ਆ ਨਾਲੇ ਪੁੱਤ ਜਦੋਂ ਬੰਦਾ ਫਸ ਜੇ ਨਾ ਰਿਸਕ ਲੈਣੇ ਪੈਂਦੇ ਆ ਨਹੀਂ ਨਹੀਂ ਬੰਦਾ ਵਧੀਆ ਉਦਾਂ ਇਹ ਨਹੀਂ ਹੁੰਦਾ ਸਾਰੀ ਦੁਨੀਆ ਨੇ ਕਿਤੇ ਕਿਤੇ ਰੱਬ ਹੀ ਛੱਡਿਆ ਵਾ ਰੱਬ ਹੈਗਾ ਵਾ ਜੇ ਦੁਨੀਆ ਦੇ ਵਿੱਚ ਤਾਂ ਹੀ ਦੁਨੀਆ ਖਲੋਤੀ ਆ ਜੇ ਸਾਰੇ ਇੱਕ ਦੂਜੇ ਨਾਲ ਠੱਗੀਆਂ ਮਾਰਨ ਡਿਆ ਫਿਰ ਤਾਂ ਸਾਰਾ ਕੁਝ ਫਨਾ ਹੋ ਜਾਣਾ ਵਾ ਸਹੀ ਗੱਲ ਆ ਤੁਹਾਡੀ ਠੀਕ ਆ ਜੀ ਚਲੋ ਆਪਾਂ ਇਹਦੇ ਨਾਲ ਗੱਲ ਕਰ ਲਾਂਗੇ ਫੋਨ ਤੇ ਹਨਾ ਜਦੋਂ ਕਹੇਗਾ ਫਿਰ ਪੈਸੇ ਜਦੋਂ ਰਜਿਸਟਰੀ ਕਰਾਉਂਦਾ ਵਾ ਪਟਵਾਰੀ ਨੂੰ ਕਹਾਂਗੇ ਵੀ ਤੂੰ ਇੰਤਕਾਲ ਨਾ ਚਾੜ ਸਾਡੇ ਮਿੰਟੋ ਮਿੰਟੀ ਹੋਰ ਤੇ ਮੁੜ ਕੇ ਇਹਨਾਂ ਕੋਲੋਂ ਇਹ ਰਜਿਸਟਰੀ ਕਰਾ ਲਾਂਗੇ ਖਰਚਾ ਡਬਲ ਲੱਗਣਾ ਹੀ ਬਸ ਚਲੋ ਫਿਰ ਕੋਈ ਗੱਲ ਨਹੀਂ ਤੇ ਜੇ ਖਰਚਾ ਬਚਾਉਂਦੇ ਆ ਉਹਨਾਂ ਨੂੰ ਪਤਾ ਲੱਗ ਜਾਣਾ ਜੇ ਅਸੀਂ ਕਰਾਉਂਦੇ ਆ ਸਿੱਧੀ ਉਦਾਂ ਕਰਾ ਸਕਦੇ ਆ ਜਿੱਦਾਂ ਇਹਨਾਂ ਬਿਆਨਾ ਕੀਤਾ ਵਾ ਹਾਂਜੀ ਹਾਂਜੀ ਦੂਜੀ ਧਿਰ ਖੜੀ ਕਰਕੇ ਤੇ ਕਰ ਸਕਦੇ ਆ ਜਾ ਕੇ ਰਜਿਸਟਰੀ ਪਰ ਚੱਕਰ ਪੈ ਜਾਂਦਾ ਨਾ ਉੱਥੇ ਜਦੋਂ ਉਹਨਾਂ ਨੂੰ ਪਤਾ ਲੱਗਾ ਉਹਨਾਂ ਦੀ ਅੱਗ ਲੱਗ ਜਾਣੀ ਸਾਨੂੰ ਵੇਖ ਕੇ ਚਲੋ ਕੋਈ ਨਹੀਂ ਉਦਾਂ ਪਤਾ ਤੇ ਲੱਗਣਾ ਹੀ ਉਹਨਾਂ ਨੂੰ ਬਾਅਦ ਚ ਉਹ ਬਾਅਦ ਚ ਲੱਗ ਜੇ ਜਦੋਂ ਤੇਰਾ ਟਰੈਕਟਰ ਫਿਰਨ ਡਿਆ ਪੂਗਾ ਪੈਲ ਜੇ ਫਿਰ ਲੱਗਦਾ ਰਹੇ ਨਵਦੀਪ ਜਾ ਪਾਣੀ ਲੈ ਗਲਾਸ ਤੇ ਉਹ ਡੈਡੀ ਬੈਠੇ ਉਹਨਾਂ ਨੂੰ ਦੇ ਆਇਆ ਚਲਾ ਦੇ ਤੂੰ ਕਰਨ ਦਿਆ ਮੈਂ ਉਹ
दिमाग ते सही आ, इधरों तुहाडियां मासियां वेच के चल गईआं ने, उधरों तुही वेचती आ। नवदीप पैसे बड़े वटे गए ने, पैसे नूं की करना वा, लोकी जायदाद बनांदे आ ते तुही जिहड़ी हैगी उह वी गवाई जाओ। कोई नहीं, जो टाइम आएगा ना तेन मैं सारी गल दसांगा, हजे तेनू सारी गल दा पता नहीं आ। सारी गल तुसीं मैनूं की दसनी आ, जादे वेच के ते किते पैली ले लो, जे इदां पैसे पए रहे ना ते उह खर्चे जाणे आ, फिर मुड़ के वेंदे रहे मूंह ठाठां चोके। उह नहीं किते वरते जांदे, इहनां नूं चंगे काम ही लाउणा मैं। की पता तुसीं किहड़े चंगे काम लाउणे आ, जे आपणा नहीं ना कुछ सोचणा ते इहदा निक्के जिहे दा ही सोच लो। तुहाडी ने खांगी हुण इहदे बारे वी सोचो ना तुसीं, इहदे लई वी कुछ रहण दो, सारा कुछ वेच वट के ते आप ही खाई जाओ। नवदीप नहीं किते भी खा चले, ओहदे लई डए आं सारा कुछ करना। की करन दे मैनूं दसो ते सही, जां ते मैनूं पता होए ना कि तुसीं की करदे फिरदे हो, ते आपे तुहानूं मैं ना पुछां। नवदीप खलोया दो चार दिन, तैनूं आप ही पता लग जाणा वा। अही गल तां नहीं करन दे, जे तेरे नाल करती ना इह ना गांह दी गांह चल जे गल। आहो मैं पागल आं ना जिहड़ी सारे पिंड च दसदी फिरांगी, तुहाडी वी मैनूं कुछ नहीं समझ लगदी। पहलां तुहाडे मां प्यो ही, ਹੁਣ ਤੁਸੀਂ ਵੀ ਉਹਨਾਂ ਦੇ ਨਾਲ ਰਲ ਗਏ ਤੇ ਸਭ ਕੁਝ ਵੇਚ ਵੱਟ ਦੋ ਤੇ ਆਪ ਉਹਨੇ ਸੜਕ ਤੇ ਜਾ ਕੇ ਬਹਿ ਜਾਾਂਗੇ। ਤੂੰ ਤਾਂ ਬਸ ਕੋ ਲੜਦੀ ਨਹੀਂ, ਕੋ ਚੱਜ ਨਾਲ ਨਾ ਸੁਣੀ ਨਾ ਪੁੱਛੀ। ਤੇ ਤੁਸੀਂ ਜਦੋਂ ਦੱਸਿਆ ਨਹੀਂ ਦੇ ਤੇ ਲੜਨਾ ਹੀ ਆ ਮੈਂ। ਉਹ ਤੈਨੂੰ ਮੈਂ ਆਖਣ ਤੇ ਡਿਆ ਵਾਂ ਵੀ ਪੈਲੀ ਵੇਚੀਏ, ਹੋਰ ਤੈਨੂੰ ਮੈਂ ਕੀ ਕਹਾਂ ਵੀ ਚੰਗੇ ਕੰਮ ਹੀ ਲਾਉਣੀ ਆ। ਵੇਚੀ ਕਿਹੜੀ ਗੱਲ, ਇਹ ਤੇ ਨਹੀਂ ਨਾ ਦੱਸਣ ਦੇ ਤੁਸੀਂ ਮੈਨੂੰ, ਰੁਕ ਜਾ ਦੋ ਚਾਰ ਦਿਨ ਤੈਨੂੰ ਆਪੇ ਪਤਾ ਲੱਗ ਜੂਗਾ। ਆਹ ਤੇ ਲੱਗ ਜੇਗਾ ਨਾ, ਉਹ ਗੱਲ ਫੇਰ ਪਤਾ ਨੀ ਤੁਹਾਡੇ ਦੋ ਚਾਰ ਦਿਨ ਕਦੋਂ ਆਉਣੇ ਨੇ। ਕਰਦੀ ਹੈ ਨਾ ਪਿੰਡ ਫੋਨ, ਫੋਨ ਕਰਕੇ ਦੱਸਦੀ ਹਾਂ ਨਾ ਉਹਨਾਂ ਨੂੰ। ਮੰਮੀ ਹਾਲ ਚਾਲ ਤੁਹਾਨੂੰ ਮੈਂ ਕੀ ਦੱਸਾਂ, ਕੁਝ ਨਾ ਪੁੱਛੋ ਤੁਸੀਂ, ਇਹਨਾਂ ਦੇ ਤਾਂ ਨਾ ਸਾਰਿਆਂ ਦੇ ਦਿਮਾਗ ਖਰਾਬ ਹੋ ਗਏ ਨੇ। ਹੁਣ ਆ ਮੰਮੀ ਕੀ ਹੈ, ਜਿਹੜੀ ਪੈਲੀ ਆ ਨਾ ਸਾਰੀ ਵੇਚੀ ਜਾਂਦੇ ਆ, ਪਿੰਡ ਵਾਲੀ ਜਿਹੜੀ ਚਿੱਟੀ ਰੋਡ ਨੂੰ ਲੱਗਦੀ ਸੀ ਨਾ ਉਹ ਵੀ ਵੇਚਤੀ ਇਹਨਾਂ ਨੇ, ਪਤਾ ਨਹੀਂ ਕੀ ਕਰਦੇ ਫਿਰਦੇ ਨੇ। ਜਦੋਂ ਤੁਸੀਂ ਰਿਸ਼ਤਾ ਕਰਨਾ ਸੀ ਇੱਕ ਵਾਰੀ ਪੁੱਛ ਤੇ ਲੈਂਦੇ ਹੋ, ਤੈਲੀਆਂ ਵੇਚ ਵੇਚ ਕੇ ਤੇ ਖਾਈ ਜਾਂਦੇ ਆ। ਨਿੱਕੇ ਜਿਹੇ ਮੁੰਡੇ ਦਾ ਵੀ ਨਹੀਂ ਮੰਮੀ ਕੁਝ ਸੋਚਦੇ, ਕੱਲ ਨੂੰ ਉਹਦਾ ਕੀ ਬਣੂਗਾ। ਮੰਮੀ ਤੁਸੀਂ ਏਦਾਂ ਕੀ ਕਹਿੰਦੇ ਹੋ, ਇਹਨਾਂ ਨਾਲ ਆਣ ਕੇ ਤੇ ਗੱਲ ਕਰੋ, ਤੁਸੀਂ ਮੈਨੂੰ ਨਾ ਸਮਝਾਓ, ਆਣ ਕੇ ਤੇ ਇਹਨਾਂ ਨੂੰ ਸਮਝਾਓ ਕਿ ਇਹ ਕੰਮ ਚੰਗਾ ਥੋੜੀ ਆ। ਲੋਕੀ ਆਪਣੀ ਜਾਇਦਾਦ ਬਣਾਉਂਦੇ ਆ ਤੇ ਇਹ ਵੇਚੀ ਜਾਂਦੇ ਜਿਹੜੀ ਵੀ ਹੈਗੀ ਆ। ਮੰਮੀ ਮਹਾਂ ਇਹਦੀਆਂ ਮਾਸੀਆਂ ਦੇ ਸਿਆਪੇ ਮੁੱਕੇ ਨੇ ਤੇ ਹੁਣ ਇਹ ਵੀ ਆਪਣੇ ਮਾਂ ਪਿਓ ਦੇ ਨਾਲ ਰਲ ਗਿਆ ਵਾ। ਮੈਨੂੰ ਤੇ ਇੰਨਾ ਗੁੱਸਾ ਚੜ੍ਹਨ ਦੇਣਾ, ਮੇਰੇ ਜੀ ਕਹਿੰਦਾ ਮੁੰਡੇ ਨੂੰ ਨਾਲ ਲੈ ਕੇ ਨਾ ਤੇ ਇੱਥੋਂ ਕਿਤੇ ਚਲੇ ਜਾਵਾਂ। ਤੇ ਮੰਮੀ ਤੁਸੀਂ ਗੱਲ ਤੇ ਕਰ ਸਕਦੇ ਹੋ ਇਹਨਾਂ ਨਾਲ ਆਣ ਕੇ ਵੀ ਕੀ ਕਰਦੇ ਫਿਰਦੇ ਹੋ, ਤੁਸੀਂ ਪਤਾ ਤੇ ਲੱਗੇ। ਚਲੋ ਚੰਗਾ ਠੀਕ ਆ, ਜੇ ਤੁਸੀਂ ਵੀ ਨੀ ਮੇਰੀ ਸੋਨੀ ਤੇ ਹੋਰ ਕਿਵੇਂ ਸੋਨੀ। ਜਿਹੜਾ ਕੰਮ ਉਹਨਾਂ ਨੇ ਕਰਨ ਵਾਲਾ ਉਹ ਕਰਨ ਡਿਆ, ਇਹੋ ਜਿਹੀਆਂ ਗੱਲਾਂ ਨਹੀਂ ਦੱਸੀਆਂ, ਘਰ ਦੇ ਪਾਜ ਨਹੀਂ ਖੋਲੀ ਦੇ ਜਿੱਦਾਂ ਤੂੰ ਖੋਲਣ ਡਈ ਆ। ਮੰਮੀ ਤੁਸੀਂ ਮੈਨੂੰ ਆਪਣੇ ਘਰ ਦਾ ਮੈਂਬਰ ਸਮਝਦੇ ਹੀ ਨਹੀਂ ਹੋ, ਪਹਿਲਾਂ ਤੁਸੀਂ ਪੜਦੇ ਰੱਖ ਰੱਖ ਮਰ ਗਏ ਹੋ ਤੇ ਹੁਣ ਤੁਹਾਡਾ ਮੁੰਡੇ ਹੋਣੀ ਮੇਰੇ ਤੋਂ ਪੜਦੇ ਰੱਖਾਂਦੇ ਨੇ, ਜੀਟੀ ਰੋਡ ਵਾਲੀ ਪੈਲੀ ਵੇਚਤੀ ਉਹਨਾਂ ਨੇ। ਤੇ ਜੇ ਵੇਚ ਦਿੱਤੀ ਆ ਤੇ ਮੈਂ ਕਿਹੜਾ ਉਹਨਾਂ ਨੂੰ ਕੁਛ ਆਖਿਆ ਜਾਂ ਉਹਨਾਂ ਮੈਨੂੰ ਪੁੱਛਿਆ, ਜੋ ਵੀ ਕਰਦੇ ਉਹਨਾਂ ਨੂੰ ਪਿਓ ਪੁੱਤਾਂ ਨੂੰ ਕਰਦੇ, ਉਹ ਕਿਤੇ ਘਰ ਦਾ ਨੁਕਸਾਨ ਤਾਂ ਨਹੀਂ ਕਰਦੇ, ਫਾਇਦੇ ਵਾਸਤੇ ਹੀ ਡਏ ਨੇ। ਤੇ ਮੰਮੀ ਜਿੱਦਣ ਨੁਕਸਾਨ ਹੋ ਜੂਗਾ ਨਾ ਉਦਣ ਤੁਹਾਨੂੰ ਪਤਾ ਲੱਗੂਗਾ। ਤੂੰ ਨਾ ਗੱਲ ਚ ਆਇਆ ਕਰ, ਮੈਂ ਵੀ ਇਸੇ ਕਰਕੇ ਨਹੀਂ ਆਈ, ਨਿੱਕੀਆਂ ਨਿੱਕੀਆਂ ਗੱਲਾਂ ਦਾ ਬੰਦਿਆਂ ਨੂੰ ਲੱਗੇ ਨਾ ਪਤਾ ਤੇ ਘਰ ਚ ਲੜਾਈਆਂ ਪੈ ਜਾਂਦੀਆਂ। ਤੂੰ ਤੇ ਇੰਜ ਕਰਦੀ ਹੈ, ਜੇ ਘਰ ਦੀ ਗੱਲ ਦਾ ਨਹੀਂ ਪਤਾ ਲੱਗਣਾ ਤਾਂ ਵੀ ਲੱਗ ਜੇ। ਚੰਗਾ ਮੰਮੀ ਠੀਕ ਆ, ਤੁਸੀਂ ਨੀ ਮੈਨੂੰ ਆਪਣਾ ਸਮਝਦੇ ਹੈਗੇ, ਸਾਨੂੰ ਵੀ ਕਿਹੜੇ ਕੁੜਮਾਂ ਚ ਬਹਿਣ ਜੋਗਾ ਰਹਿਣ ਦੇ, ਨਿੱਕੀਆਂ ਨਿੱਕੀਆਂ ਗੱਲਾਂ ਮਾਂ ਨੂੰ ਦੱਸਣੀਆਂ ਹੁੰਦੀਆਂ। ਮੈਂ ਤਾਂ ਨੀ ਅੱਗੋਂ ਭੈਣ ਜੀ ਸਿਆਣੀ ਜਿਹੜੀ ਇਹਨੂੰ ਸਮਝਾਉਂਦੀ ਆ, ਜੇ ਕਿਤੇ ਉਹੋ ਜਿਹੀ ਮਾਂ ਹੋਵੇ ਨਾ ਤਾਂ ਨਿੱਤ ਲੜਾਈ ਪਵੇ। ਕੁਛ ਨੀ ਹਾਰ ਆ ਪਿਆ ਤੇਰਾ ਫੋਨ ਸਤਾ ਖਾਨ, ਉੱਠ ਗਿਆ ਨਾ ਤੇ ਮੇਰੀ ਗੱਲ ਸੁਣੋ ਪਹਿਲਾਂ। ਓਹੋ ਕੀ ਹੋ ਗਿਆ ਸੁੱਖ ਦਿਆ? ਮੈਂ ਕਿਹਾ ਮੁੰਡੇ ਨੂੰ ਨਾਲ ਤੁਸੀਂ ਲੈ ਕੇ ਗਏ ਨਾ ਤੇ ਵਹੁਟੀ ਨੂੰ ਜਾਪਦਾ ਕਿਸੇ ਗੱਲ ਦਾ ਪਤਾ ਲੱਗ ਗਿਆ, ਅਜੇ ਤੇ ਮੈਂ ਨੀ ਕੋਈ ਗੱਲ ਕੀਤੀ ਤੇ ਚੁੱਕ ਕੇ ਤਾਂ ਆਪਣੀ ਮਾਂ ਨਾਲ ਫੋਨ ਤੇ ਗੱਲ ਕਰਦੀ ਤੇ ਉਹਨੂੰ ਦੱਸਣ ਡਈ। ਕੀ ਦੱਸਦੀ ਆ? ਇਹੋ ਪੈਲੀ ਪੂਲੀ ਬਾਰੇ ਦੱਸਣ ਡਈ।
ਉਹ ਚੱਲ ਕੋਈ ਗੱਲ ਨਹੀਂ, ਉਹਦੇ ਨਾਲ ਮਾੜੀ ਚੰਗੀ ਕੋਈ ਨਾ ਕਰ। ਮੈਂ ਆਹਨਾ ਜਿਹੜੇ ਕੋਈ ਦੋ ਤਿੰਨ ਦਿਨ ਹੈਗੇ ਆ ਨਾ, ਉਹ ਚੁੱਪ ਚਾਪ ਲੰਘ ਜਾਣ, ਸਾਡਾ ਕੋਈ ਮਸਲਾ ਹੱਲ ਹੋ ਜੇ। ਮੈਨੂੰ ਤੁਸੀਂ ਆਂਦੇ ਕਿਸੇ ਨਾਲ ਗੱਲ ਨਹੀਂ ਕਰਨੀ, ਉਹ ਮਾਂ ਨੂੰ ਜਾ ਕੇ ਫੋਨ ਤੇ ਦੱਸਣ ਡਈ ਅੰਦਰ ਬਹਿ ਕੇ। ਦੱਸਣਾ ਉਹਨੇ ਕੀ, ਉਹਨੂੰ ਕਿਹੜੀ ਕੋਈ ਗੱਲ ਦੱਸੀ ਅਸੀਂ? ਪਤਾ ਲੱਗਾ ਹੀ ਆ ਕਿਸੇ ਗੱਲ ਦਾ, ਤਾਂ ਹੀ ਹੈ ਨਾ ਸੁਣਦਾ ਨਾ ਮੇਰਾ ਨਾਂ ਲਾਓਗੇ ਵੀ ਇਹਨੇ ਦੱਸਿਆ। ਉਹ ਮੈਂ ਕਹਿੰਦਾ ਜਿਹੜੀ ਅੰਦਰਲੀ ਗੱਲ ਆ ਉਹਦਾ ਕਿਸੇ ਨੂੰ ਨਹੀਂ ਗਾ ਪਤਾ। ਕੋਈ ਗੱਲ ਨਹੀਂ, ਕਰ ਲਾਂਗੇ ਉਹਨੂੰ ਜੋ ਕਰਦੀ ਆ, ਦੋ ਚਾਰ ਦਿਨਾਂ ਦੱਸ ਦਾਂਗੇ ਸਾਰਾ ਕੁਝ। ਤੂੰ ਆ ਗੁੱਸਾ ਨਾ ਕਰ। ਗੁੱਸਾ ਤਾਂ ਨਹੀਂ ਕਰਦੀ, ਫਿਰ ਦੁੱਖ ਤਾਂ ਲੱਗਦਾ ਨਹੀਂ ਜਦੋਂ ਸਾਰੀਆਂ ਗੱਲਾਂ ਸਾਡੇ ਕੁੜਮਾਂ ਨੂੰ ਦੱਸਦੀ ਹੈ। ਉਹ ਸਾਨੂੰ ਕੀ ਸਮਝਣਗੇ ਵੀ ਇੰਨੇ ਹੈਗੇ ਨੇ ਵੀ ਸਾਡੀ ਨੂੰ ਧੀ ਨੂੰ ਪੁੱਛਦਾ ਕਿ ਆਉਂਦੇ ਨਹੀਂ ਗੇ। ਮੇਰੀ ਗੱਲ ਸੁਣ, ਅਸੀਂ ਕਿਹੜੀ ਕੋਈ ਠੱਗੀ ਮਾਰਨ ਡਏ ਹਾਂ? ਜੇ ਕੁਛ ਬਣੂਗਾ ਤਾਂ ਇਹਨਾਂ ਦਾ ਬਣਨਾ, ਅਸੀਂ ਕਿਹੜਾ ਕਿਤੇ ਖੜਨਾ। ਇੰਨੀ ਗੱਲ ਉਹ ਨਹੀਂ ਨਾ ਸੋਚਦੀ, ਜੇ ਉਹ ਸੋਚੇ ਤਾਂ ਲੜਾਈ ਮੁੱਕ ਜੇ। ਉਹ ਹੋਰ ਕਰ ਲੈਂਦੇ ਉਹਨੂੰ ਦੋ ਦਿਨ ਜਿਹੜੀਆਂ ਮਾੜੀ ਚੰਗੀਆਂ ਕਰਦੀ ਆ। ਮੈਂ ਆਹਨਾ ਵੀ ਜੇ ਸਾਰੀ ਅੰਦਰਲੀ ਗੱਲ ਦੱਸਤੀ ਕਿਤੇ ਗੱਲ ਨਿਕਲ ਗਈ, ਕਿਤੇ ਉਹਨਾਂ ਦੇ ਕੰਨਾਂ ਤੱਕ ਪਹੁੰਚ ਗਿਆ, ਸਾਡਾ ਸਾਰਾ ਪਲਾਨ ਫੇਲ ਹੋ ਗਿਆ। ਰਿਸ਼ਤੇਦਾਰਾਂ ਨੂੰ ਦੱਸ ਸਕਦੇ, ਇਹਨੂੰ ਕੋਈ ਜ਼ਰੂਰੀ ਪੈਂਦੇ ਸਾਰੀਆਂ ਗੱਲਾਂ ਮਾਂ ਨੂੰ ਹੀ ਦੱਸਣੀਆਂ ਹੁੰਦੀਆਂ। ਜਦੋਂ ਵਿਹਨੀ ਹੈ ਨਾ ਫੋਨ 'ਤੇ ਚੰਬੜੀ ਰਹਿੰਦੀ ਆ ਬਸ। ਮੈਂ ਆਂਦੀ ਇਹਨੂੰ ਮੈਂ ਮਾੜੀ ਚੰਗੀ ਨਹੀਂ ਕਰਨੀ, ਪਰ ਮੇਰੇ ਮੂੰਹੋਂ ਵੀ ਘਵਾਈਆਂ ਨੇ ਅੱਜ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਹੜੀਆਂ ਮਾਵਾਂ ਹੁੰਦੀਆਂ ਨਾ, ਇਹ ਜਦੋਂ ਧੀਆਂ ਵਿਆਹ ਲੈਂਦੀਆਂ ਨਾ, ਮੁੜ ਕੇ ਇਹ ਬਸ ਅੱਜ ਕੱਲ੍ਹ ਜ਼ਮਾਨਾ ਇੱਕ ਫੋਨ ਦਾ ਆ ਗਿਆ ਹੀ, ਇਹ ਫੋਨ 'ਤੇ ਲੱਗੀਆਂ ਰਹਿੰਦੀਆਂ। ਵਾ ਅਗਲੇ ਨੂੰ ਆਪਣੇ ਘਰ ਦਾ ਕੰਮ ਕਾਰ ਕਰਨ ਦਿਓ, ਕੋਈ ਆ ਰਾਜੀ ਬਾਜੀ ਕੀਤੀ ਲਾਂਭੇ ਹੋਏ। ਅਜੇ ਤਾਂ ਫਿਰ ਵੀ ਚੰਗੀ ਹੈ ਇਹਦੀ ਮਾਂ, ਥੋੜ੍ਹੀ ਜਿਹੀ ਇਹਦੀ ਘੱਟ ਮੰਨਦੀ, ਜੇ ਕਿਤੇ ਮੰਨਦੀ ਹੈ ਤਾਂ ਸਾਡੇ ਘਰ ਨੇ ਤਾਂ ਲੜਾਈ ਪਏ। ਚੱਲ ਕੋਈ ਨਹੀਂ, ਤੂੰ ਟੈਨਸ਼ਨ ਨਾ ਲਿਆ ਕਰ, ਤੇ ਆਪਣਾ ਕੰਮ ਕਰ। ਬਸ ਠੀਕ ਆ, ਜੇ ਉਹਦੇ ਲੱਗੇ ਜਾਂਦੀ ਹੈ ਉਹ ਮੈਨੂੰ ਇਹ ਝਾੜ। ਤੈਨੂੰ ਕਿਹਾ ਮੈਂ ਕੋ ਕਿਹਾ ਨਹੀਂ, ਇਹ ਗੱਲਾਂ ਜਦੋਂ ਕਰਦੀ ਮੈਂ ਸਾਰੀਆਂ ਸੁਣ ਲਈਆਂ ਮੂਹੇ ਨਾ ਲੱਗ ਕੇ। ਕੋਈ ਨਹੀਂ ਹਾਲ ਤੁਹਾਡਾ ਵੀ, ਕੋਈ ਫਾਇਦਾ ਤੁਹਾਡੇ ਨਾਲ ਗੱਲ ਕਰਨ ਦਾ? ਉਹ ਠੰਡੀ ਰਹਿ ਹਾਂ। ਚੱਲ ਪ੍ਰਭ, ਸਾਰਾ ਕੁਛ ਵਧੀਆ ਵਧੀਆ ਹੋ ਜੇ ਨਾ ਹੁਣ, ਤੇ ਫੇਰ ਵਾ। ਆਹੋ ਕਿ ਟੈਨਸ਼ਨ ਬੜੀ ਸੀ, ਚੱਲ ਇਹ ਹੁਣ ਕੰਮ ਹੋ ਜੇ ਤੇ ਫਿਰ ਸਾਡੀ ਸਾਰੀ ਟੈਨਸ਼ਨ ਮੁੱਕ ਜੇ, ਤੇ ਅਸੀਂ ਪੈਸਾ ਲਾਉਣ ਵਾਲੇ ਬਣੀਏ ਕਿਸੇ ਪਾਸੇ। ਜਿੰਨਾ ਚਿਰ ਤੱਕ ਰਜਿਸਟਰੀ ਨਹੀਂ ਨਾ ਹੁੰਦੀ, ਉਨਾ ਚਿਰ ਤੱਕ ਨਾ ਮੇਰੇ ਦਿਲ ਵਿੱਚ ਸਹਿਮ ਜਿਹਾ ਵਾ ਵੀ ਚੱਲ ਇਹ ਕੰਮ ਸਾਡਾ ਨਿਬੜ ਜੇ ਨਾ, ਤੇ ਫੇਰ ਨਹੀਂ ਕੋਈ ਗੱਲ। ਅਜੇ ਤੇ ਭੈਣ ਇੰਨੀ ਗੱਲ ਚੰਗੀ ਆ ਵੀ ਉਹ ਮੁੰਡਾ ਚੰਗਾ ਮਿਲ ਗਿਆ ਸਾਨੂੰ, ਜਿਹਨੇ ਪੈਲੀ ਲੈਣੀ ਆ ਵੀ ਚੱਲ ਉਹ ਤੇ ਯਕੀਨ ਵਾ ਪਿੰਡ ਦਾ ਵਾ, ਤੇ ਜੇ ਕੋਈ ਬਾਹਰੋਂ ਹੁੰਦਾ ਤੇ ਫਿਰ ਤੇ ਔਖਾ ਹੀ ਹੋ ਜਾਣਾ ਸੀ ਕੰਮ। ਆਹ ਚੱਲ ਇੰਨਾ ਹੈਗਾ ਵਾ ਵੀ ਧੋਖਾ ਤਾਂ ਨਹੀਂ ਨਾ ਕੋਈ ਵੀ। ਹਾਂ ਧੋਖਾ ਨਹੀਂ ਕੋਈ ਵੀ ਹੈਗਾ, ਸਭ ਚੰਗਾ ਹੀ ਹੋ ਜਾਣਾ, ਕੋਈ ਨਹੀਂ ਟੈਨਸ਼ਨ ਨਾ ਲੈ। ਮੰਮੀ ਕੀ ਕਰ ਰਹੇ? ਕੁਛ ਨਹੀਂ, ਪੋਤਾ ਕੱਪੜੇ ਧੋ ਕੇ ਤੇ ਮੈਂ ਚੱਲ ਜੋੜ ਦਿੰਦੇ ਆ। ਅੱਛਾ, ਮੈਂ ਕਿਹਾ ਮੈਂ ਸਬਜ਼ੀ ਬਣਾ ਲਈ ਗਾਜਰਾਂ ਦੀ, ਤੇ ਆਟਾ ਗੁੰਨਣ ਵਾਲਾ ਕੀ ਕੁਝ? ਆਟਾ ਤੇ ਗੁੰਨਣ ਵਾਲਾ ਹੁਣ ਗੁੰਨ ਲੈ ਮੇਰੀ ਧੀ। ਆਓ ਫਿਰ ਮੈਂ ਗੁੰਨ ਲੈਣੀ ਆ। ਚਲੋ ਠੀਕ ਆ, ਆ ਗੁੰਨ ਲਾ ਗੁੰਨ ਲਾ। ਚੱਲ ਇੰਨਾ ਹੈਗਾ ਵਾ ਵੀ ਰੋਟੀ ਪਾਣੀ ਸਾਰਾ ਹੀ ਬਣਾ ਲੈਂਦੀ ਆ, ਤੇ ਨਾਲੇ ਆਉਣ ਵਾਲੇ ਪਿਓ ਪੁੱਤ ਵੀ ਰੋਟੀ ਬਣੀ ਹੋਊਗੀ ਤੇ ਖਾਣ ਵਾਲੇ ਬਣਨਗੇ। ਆਹੋ ਚੱਲ ਭੈਣ, ਪਰ ਇਹਦਾ ਕੋਈ ਪਤਾ ਨਹੀਂ ਲੱਗਦਾ, ਪਲ ਚ ਤੋਲਾ ਤੇ ਪਲ ਚ ਮਾਸਾ ਹੈ, ਝੱਟ ਹੀ ਭੁੰਡੀ ਬਣ ਜਾਂਦੇ, ਝੱਟ ਹੀ ਸੱਲੀ ਹੋ ਜਾਂਦੀ ਹੈ, ਕਿੱਦਾਂ ਦਾ ਸੁਭਾਅ ਇਹਦਾ ਹੈ? ਨਹੀਂ ਚੱਲ ਕੋਈ ਗੱਲ ਨਹੀਂ, ਨੌਵਾਂ ਇੱਦਾਂ ਦੀਆਂ ਹੁੰਦੀਆਂ ਵਾ, ਥੋੜ੍ਹਾ ਬਹੁਤੀ ਖਟਪਟ ਤੇ ਚੱਲਦੀ ਰਹਿੰਦੀ ਇੱਕ ਦੂਜੇ ਦੇ ਵਿੱਚ। ਚਲੋ ਕੋਈ ਨਹੀਂ, ਤੈਨੂੰ ਵੀ ਪਤਾ ਲੱਗ ਜਾਣਾ ਵਾ ਜਦੋਂ ਮੁੰਡਾ ਵਿਆਹੇਗੀ ਨਾ, ਫੇਰ ਸਮਝ ਆਉਣੀ ਤੈਨੂੰ ਇਹ ਗੱਲ ਦੀ। ਚੱਲ ਨਹੀਂ ਆਉਣੀ, ਵੇਖੀ ਜਾਊ ਜੋ ਹੋਊ, ਫਿਰ ਕਰਨਾ ਕੀ ਹੈ।